ਮਾਂ ਅਤੇ ਬੱਚਿਆਂ ਦਾ ਰਿਸ਼ਤਾ ਇਸ ਸੰਸਾਰ ਵਿੱਚ ਸਭ ਤੋਂ ਪਿਆਰ ਵਾਲਾ ਹੁੰਦਾ ਹੈ। ਮਾਂ ਆਪਣੇ ਬੱਚਿਆਂ ਨੂੰ ਚੰਨ ਚੰਨ ਕਹਿ ਕੇ ਪਿਆਰ ਜਿਤਾਉਂਦੀ ਹੈ ਅਤੇ ਬੱਚੇ ਵੀ ਆਪਣੀ ਮਾਂ ਦੇ ਇਸ ਪਵਿੱਤਰ ਪਿਆਰ ਨੂੰ ਮਾਣਦੇ ਥੱਕਦੇ ਨਹੀਂ। ਬੱਚਿਆਂ ਦੇ ਹਜ਼ਾਰਾਂ ਸਵਾਲਾਂ ਦੇ ਜਵਾਬ ਮਾਂ ਆਪਣੀ ਸੂਝਬੂਝ ਅਤੇ ਦਿਆਨਤਦਾਰੀ ਦੇ ਨਾਲ ਦੇਖ ਕੇ ਉਹਨਾਂ ਦੇ ਜੀਵਨ ਨੂੰ ਚੰਗੇ ਪਾਸੇ ਵੱਲ ਢਾਲਣ ਲਈ ਸਦਾ ਯਤਨਸ਼ੀਲ ਰਹਿੰਦੀ ਹੈ। ਇਹ ਜੋ ਕੁਝ ਕੁ ਸਤਰਾਂ ਆਪ ਜੀ ਨਾਲ ਸਾਂਝੀਆਂ ਕਰਨ ਜਾ ਰਿਹਾ ਹਾਂ, ਇਹ ਇੱਕ ਗੁਰਸਿੱਖ ਮਾਂ ਅਤੇ ਉਸਦੇ ਬੱਚੇ ਜੋ ਕਿ ਸਿੱਖੀ ਦੇ ਮਾਰਗ ਦਾ ਨਵਾਂ ਨਵਾਂ ਪਾਂਧੂ ਹੈ, ਉਹਨਾਂ ਦੇ ਵਿਚਾਲੇ ਇੱਕ ਵਾਰਤਾਲਾਪ ਹੈ ਜਿਸ ਵਿੱਚ ਬੱਚਾ ਸਵਾਲ ਪੁੱਛ ਰਿਹਾ ਹੈ ਅਤੇ ਗੁਰਸਿੱਖੀ ਵਿੱਚ ਰੱਤੀ ਮਾਂ ਹਰ ਸਵਾਲ ਦਾ ਜਵਾਬ ਆਪਣੇ ਚੰਨ ਨੂੰ ਸਿੱਖੀ ਵਿੱਚ ਪਰਪੱਕ ਕਰਨ ਦੇ ਮਨਸ਼ੇ ਨਾਲ ਦੇ ਰਹੀ ਹੈ। ਆਓ ਸੁਣੀਏ ਮਾਂ ਅਤੇ ਉਸਦਾ ਪਿਆਰਾ ਚੰਨ ਕੀ ਪਏ ਗੱਲਾਂ ਕਰਦੇ ਨੇ। ਪੁੱਛੇ
साहिब नू पुछ जन इस मां ते उहदे सोहणे चन्न वांगू गुरसिखी दीआं बातां पाईए गुण सिखीए औगुण गवाईए प्यार वंडीए नफरत मुकाईए गुरु लड़ लगीए गुरसिखी कमाईए।